बिस्मिल्लाहिर्रहमानिर्रहीम, अस्सलाम वालेकुम। अज आपां बनावांगे मूंगी दी दाल, ड्राई मूंगी दी दाल बनावांगे। बहुत ही आसान जी रेसिपी है ते बहुत ही मज़े दी लगदी है। कुछ लोगों को जदों मूंगी दी दाल इस तरह सुकी बनांदे आ ते उह जुड़ जांदी आ ते बिल्कुल सही टेक्सचर नहीं पकड़ पाँदी, ते इहदे वास्ते वीडियो नूं तुसीं फुल वाच करना वा। चलो देखते हैं कि आपां इहनूं किस तरह बनाया। सब तो पहले तुसीं दाल लै लेनी आ अपनी ज़रूरत दे मुताबिक। मेरे कोल 1 पाव दाल आ, इहनूं भिगो दित्ता सी तकरीबन 4 तों 5 घंटे वास्ते। दाल नूं भिगो के ज़रूर रख्या करो ਅਤੇ ਬਾਅਦ ਦੇ ਵਿੱਚ ਇਹਦਾ ਪਾਣੀ ਜਿਹੜਾ ਹੁੰਦਾ ਨਾ ਉਹਨੂੰ ਵੀ ਵੇਸਟ ਕਰ ਦਿਆ ਕਰੋ। ਯੂਰਿਕ ਐਸਿਡ ਦੇ ਮਰੀਜ਼ਾਂ ਵਾਸਤੇ ਇਹ ਬਿਲਕੁਲ ਜ਼ਹਿਰ ਹੁੰਦਾ ਵਾ ਜੇ ਆਪਾਂ ਸੁੱਕੀ ਦਾਲ ਉਸ ਤਰ੍ਹਾਂ ਹੀ ਪਕਾ ਲਈਏ ਭਿਗਾਉਣ ਤੋਂ ਬਗੈਰ। ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਹੁੰਦਾ ਅਤੇ ਮੈਂ ਸੁੱਕੀ ਦਾਲ ਵੀ ਪਕਾ ਲੈਂਦੀ ਹੁੰਦੀ ਸੀ, ਅਤੇ ਲੇਕਿਨ ਜਿਹੜਾ ਵਾ ਨਾ ਹੁਣ ਜਦੋਂ ਪਤਾ ਚੱਲ ਗਿਆ ਤਾਂ ਫਿਰ ਅਹਿਤਿਆਤ ਜ਼ਰੂਰ ਕਰੀ ਦੀ ਆ। ਅਤੇ ਦਾਲ ਨੂੰ ਭਿਗੋ ਕੇ ਰੱਖਿਆ ਹੋਇਆ ਵਾ ਅਤੇ ਉਹਦਾ ਪਾਣੀ ਡਰੇਨ ਕਰ ਦਿੱਤਾ ਸਾਰਾ। ਤੜਕਾ ਲਾਵਾਂਗੇ, ਤੇਜ਼ ਪੱਤਾ ਲਿਆ ਵਾ, ਜ਼ੀਰਾ ਲਿਆ ਵਾ, 1 ਬੜੀ ਇਲਾਇਚੀ ਆ, 3-4 ਸਬਜ਼ ਮਿਰਚਾਂ ਵਾ, ਇਹਨਾਂ ਨੂੰ ਟੱਕ ਲਗਾ ਕੇ ਤੁਸੀਂ ਅਤੇ ਫਿਰ ਇਹਦੇ ਵਿੱਚ ਸ਼ਾਮਿਲ ਕਰਨਾ ਵਾ। ਇੱਕ ਤਾਂ ਕੱਟ ਲਗਾਉਣ ਦੇ ਨਾਲ ਤੁਹਾਨੂੰ ਪਤਾ ਚੱਲ ਜਾਏਗਾ ਕਿ ਇਹਦੇ ਵਿੱਚ ਕੋਈ ਕੀੜਾ ਵਗੈਰਾ ਤਾਂ ਨਹੀਂ, ਅਤੇ ਦੂਸਰੇ ਨੰਬਰ 'ਤੇ ਕਿ ਜੇ ਉਸ ਤਰ੍ਹਾਂ ਹੀ ਸਾਬਤ ਮਿਰਚ ਤੁਸੀਂ ਘੀ ਦੇ ਵਿੱਚ ਪਾਓਗੇ ਤਾਂ ਉਹ ਫਿਰ ਪਟਾਕੇ ਮਾਰੇਗੀ, ਫਟੇਗੀ, ਉਹਦੇ ਨਾਲ ਘੀ ਦੇ ਛਿੰਟੇ ਤੁਹਾਡੇ ਉੱਪਰ ਪੈਣਗੇ ਅਤੇ ਬੰਦਾ ਜਲ ਜਾਂਦਾ ਇਸ ਤਰੀਕੇ ਨਾਲ। ਅਤੇ ਇਸ ਲਈ ਇਹਨੂੰ ਤੁਸੀਂ ਕੱਟ ਲਗਾ ਕੇ ਪਾਉਣਾ ਵਾ। ਜਦੋਂ ਥੋੜ੍ਹਾ ਜਿਹਾ ਕਲਰ ਚੇਂਜ ਕਰ ਲੈਣ ਤਾਂ ਇਹਦੇ ਵਿੱਚ ਇੱਕ ਮੀਡੀਅਮ ਸਾਈਜ਼ ਦੀ ਪਿਆਜ਼ ਕੱਟੀ ਹੋਈ ਪਾ ਦਿਓ। ਪਿਆਜ਼ ਦਾ ਥੋੜ੍ਹਾ ਜਿਹਾ ਕਲਰ ਚੇਂਜ ਕਰਾਂਗੇ, ਬਹੁਤ ਜ਼ਿਆਦਾ ਡਾਰਕ ਨਹੀਂ ਕਰਨਾ। ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ। ਜੇ ਚੈਨਲ 'ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ, ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੇ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਮੇਰੇ ਬਾਕੀ ਦੇ ਚੈਨਲ ਦਾ ਵੀ ਵਿਜ਼ਿਟ ਕਰੋ, ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਣ ਤਾਂ ਜ਼ਰੂਰ ਉਹਨਾਂ ਨੂੰ ਵੀ ਲਾਈਕ ਕਰੋ ਅਤੇ ਸ਼ੇਅਰ ਕਰੋ। ਪਿਆਜ਼ ਨੇ ਥੋੜ੍ਹਾ ਜਿਹਾ ਕਲਰ ਚੇਂਜ ਕਰ ਲਿਆ ਵਾ, ਹੁਣ ਇਹਦੇ ਵਿੱਚ ਥੋੜ੍ਹਾ ਜਿਹਾ ਤਕਰੀਬਨ ਅੱਧਾ ਚਮਚ ਨਾਲ ਲਸਣ ਅਤੇ ਅਦਰਕ ਬਰੀਕ ਕੁੱਟਿਆ ਹੋਇਆ ਸ਼ਾਮਿਲ ਕਰ ਦਿੱਤਾ ਵਾ। ਅਦਰਕ ਲਸਣ ਦਾ ਕੱਚਾਪਨ ਖਤਮ ਹੋਣ ਤੱਕ ਇਹਦੀ ਭੁਨਾਈ ਕਰਾਂਗੇ। ਜੇ ਦਾਲ ਪਤਲੀ ਪਕਾਉਣੀ ਹੋਵੇ ਤਾਂ ਫਿਰ ਉਹਦੇ ਲਈ ਤਾਂ ਕੋਈ ਮਸਲਾ ਨਹੀਂ ਹੁੰਦਾ, ਪਾਣੀ ਥੋੜ੍ਹਾ ਬਹੁਤ ਵੱਧ ਘੱਟ ਹੋ ਵੀ ਜਾਵੇ ਅਤੇ ਜੇ ਘੱਟ ਹੋ ਜਾਵੇ ਤਾਂ ਥੋੜ੍ਹਾ ਜ਼ਿਆਦਾ ਪਾ ਲਈਦਾ ਵਾ ਦੁਬਾਰਾ ਗਰਮ ਕਰਕੇ। ਜੇ ਜ਼ਿਆਦਾ ਹੋ ਜਾਵੇ ਤਾਂ ਉਹਨੂੰ ਥੋੜ੍ਹੀ ਦੇਰ ਹੋਰ ਪਕਾ ਲਓ ਅਤੇ ਉਹ ਜੜਾ ਵਾ ਨਾ ਪਾਣੀ ਦੀ ਸਹੀ ਹੋ ਜਾਂਦੀ ਹੈ ਮਿਕਦਾਰ, ਫਿਰ ਥੋੜ੍ਹਾ ਜਿਹਾ ਪਾਣੀ ਖੁਸ਼ਕ ਹੋ ਜਾਂਦਾ ਵਾ। ਅਤੇ ਲੇਕਿਨ ਜਿਹੜੀ ਸੁੱਕੀ ਦਾਲ ਹੁੰਦੀ ਹੈ ਉਹਦੇ ਵਿੱਚ ਅਕਸਰ ਲੋਕਾਂ ਕੋਲੋਂ ਦਾਲ ਫਿਰ ਨਰਮ ਹੋ ਜਾਂਦੀ ਹੈ। ਨਰਮ ਦਾਲ ਨੂੰ ਤੋਂ ਬਚਾਉਣ ਵਾਸਤੇ ਤੁਸੀਂ ਇਹਨੂੰ ਕੀ ਕਰਨਾ ਵਾ ਤੁਹਾਨੂੰ ਦੱਸਾਂਗੇ ਅੱਜ। ਥੋੜ੍ਹਾ ਜਿਹਾ 2 ਤੋਂ 3 ਟਮਾਟਰ ਸ਼ਾਮਿਲ ਕਰ ਦਿੱਤੇ ਸੀ, ਟਮਾਟਰਾਂ ਦਾ ਪਾਣੀ ਖੁਸ਼ਕ ਹੋਇਆ ਤਾਂ ਹੁਣ ਇਹਦੇ ਵਿੱਚ ਹਲਦੀ ਸ਼ਾਮਿਲ ਕਰ ਦਿੱਤੀ ਆ, ਸੁਰਖ ਮਿਰਚ ਸ਼ਾਮਿਲ ਕਰ ਦਿੱਤੀ, ਸਾਰੀਆਂ ਚੀਜ਼ਾਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਸ਼ਾਮਿਲ ਕਰ ਲੈਣੀਆਂ ਵਾ। ਖੁਸ਼ਕ ਧਨੀਆ ਸ਼ਾਮਿਲ ਕਰ ਦਿੱਤਾ ਵਾ, ਨਮਕ ਸ਼ਾਮਿਲ ਕਰ ਦਿੱਤਾ, ਸਾਰੀਆਂ ਚੀਜ਼ਾਂ ਨੂੰ ਭੁੰਨ ਲਾਂਗੇ। ਥੋੜ੍ਹਾ ਜਿਹਾ ਪਾਣੀ ਦਾ ਛਿੱਟਾ ਲਾ ਲਾ ਕੇ ਮਸਾਲੇ ਨੂੰ ਅੱਛੇ ਤਰੀਕੇ ਦੇ ਨਾਲ ਇਹਦੀ ਭੁਨਾਈ ਕਰਿਆ ਕਰੋ। ਜਿੰਨਾ ਮਸਾਲਾ ਅੱਛੇ ਤਰੀਕੇ ਨਾਲ ਭੁੰਨੋਗੇ ਉਨਾ ਹੀ ਜ਼ਬਰਦਸਤ ਸਾਲਨ ਦੇ ਵਿੱਚ ਟੇਸਟ ਆਏਗਾ। ਬਹੁਤ ਹੀ ਆਸਾਨ ਆਸਾਨ ਜਿਹੀਆਂ ਰੈਸਪੀਜ਼ ਲੈ ਕੇ ਆਈ ਦੀਆਂ ਨੇ ਤੁਹਾਡੇ ਲਈ, ਜ਼ਰੂਰ ਵੀਡੀਓ ਨੂੰ ਵਾਚ ਕਰਿਆ ਕਰੋ। ਇਹ ਦੇਖੋ ਮਾਸ਼ਾਅੱਲਾ ਮਸਾਲਾ ਜ਼ਬਰਦਸਤ ਜਿਹਾ ਭੁੰਨ ਹੋ ਗਿਆ ਵਾ, ਘੀ ਸਾਰਾ ਛੋੜ ਦਿੱਤਾ ਮਸਾਲੇ ਨੇ, ਇਹਦਾ ਮਤਲਬ ਆ ਕਿ ਮਸਾਲਾ ਆਪਣਾ ਜਿਹੜਾ ਵਾ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਭੁੰਨ ਹੋ ਗਿਆ ਵਾ। ਹੁਣ ਇਹਦੇ ਵਿੱਚ ਆਪਾਂ ਆਪਣੀ ਦਾਲ ਸ਼ਾਮਿਲ ਕਰ ਦਿਆਂਗੇ ਜਿਹੜੀ ਭਿਗੋ ਕੇ ਰੱਖੀ ਹੋਈ ਸੀ। ਬਿਸਮਿਲ੍ਲਾਹਿਰਰਹਮਾਨਿਰਰਹੀਮ, ਸਾਰਾ ਬਰਤਨ ਵੀ ਸਾਫ਼ ਕਰਕੇ ਅੱਛੇ ਤਰੀਕੇ ਦੇ ਨਾਲ ਇਹਦੇ ਵਿੱਚ ਸ਼ਾਮਿਲ ਕਰ ਦਿੱਤੀ ਹੈ ਦਾਲ। ਦਾਲ ਦੀ ਭੁਨਾਈ ਕਰਾਂਗੇ 2 ਤੋਂ 3 ਮਿੰਟ ਵਾਸਤੇ। ਜਿੱਥੇ ਤੱਕ ਤੁਸੀਂ ਵੀਡੀਓ ਦੇਖ ਚੁੱਕੇ ਹੋ, ਵੀਡੀਓ ਤੁਹਾਨੂੰ ਅੱਛੀ ਲੱਗੀ ਹੈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਉ ਅਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਉ। ਮੈਂ ਇਹਨੂੰ ਕਮ ਘੀ ਦੇ ਵਿੱਚ ਹੀ ਬਣਾਇਆ ਵਾ, ਬਹੁਤ ਜ਼ਿਆਦਾ ਘੀ ਇਹਦੇ ਵਿੱਚ ਸ਼ਾਮਿਲ ਨਹੀਂ ਕੀਤਾ ਕਿਉਂਕਿ ਇਹਨੂੰ ਸਰਵਿੰਗ ਦੇ ਟਾਈਮ ਫਿਰ ਬੱਚੇ ਦੇਸੀ ਘੀ ਪਾ ਕੇ ਖਾਣਗੇ ਅਤੇ ਤੁਸੀਂ ਜੇ ਚਾਹੋ ਤਾਂ ਘੀ ਪਹਿਲੇ ਹੀ ਜ਼ਿਆਦਾ ਰੱਖ ਸਕਦੇ ਹੋ ਜੇ ਤੁਸੀਂ ਬਾਅਦ ਵਿੱਚ ਦੇਸੀ ਘੀ ਦਾ ਯੂਜ਼ ਨਹੀਂ ਕਰਨਾ। ਅਤੇ ਮਾਸ਼ਾਅੱਲਾ ਮਾਸ਼ਾਅੱਲਾ ਜ਼ਬਰਦਸਤ ਜੀ ਦਾਲ ਜਿਹੜੀ ਆ ਬੁਨਾਈ ਹੋ ਗਈ ਆ ਇਹਦੀ। ਹੁਣ ਇਹਨੂੰ ਪਾਣੀ ਲਾਵਾਂਗੇ।
ਤਕਰੀਬਨ ਇੱਕ ਛੋਟਾ ਗਲਾਸ ਜਿਹੜਾ ਵਾ ਨਾ ਉਹ ਪਾਣੀ ਦਾ ਲਾਇਆ ਵਾ, ਅਤੇ ਇਹ ਦੇਖੋ ਬਸ ਦਾਲ ਜਿਹੜੀ ਨਾ ਉਹਦੇ ਵਿੱਚ ਭੀਗ ਜਾਵੇ, ਤੁਹਾਡੀ ਬਹੁਤ ਜ਼ਿਆਦਾ ਦਾਲ ਦੇ ਉੱਪਰ ਪਾਣੀ ਨਾ ਆਵੇ, ਨਹੀਂ ਤਾਂ ਦਾਲ ਜਿਹੜੀ ਆ ਜੁੜ ਜਾਏਗੀ, ਬਹੁਤ ਜ਼ਿਆਦਾ ਗਿੱਲੀ ਗਿੱਲੀ ਜੀ, ਜੁੜੀ ਜੁੜੀ ਜੀ ਬਣੇਗੀ, ਅਤੇ ਬਸ ਇੰਨਾ ਕੁ ਪਾਣੀ ਤੁਸੀਂ ਲਾਉਣਾ ਵਾ ਅੰਦਾਜ਼ੇ ਦੇ ਨਾਲ। ਜੇ ਮੈਂ ਹੁਣ ਇੱਕ ਪਾਓ ਦਾਲ ਸੀਗੀ ਤਾਂ ਪਾਣੀ ਤੁਸੀਂ ਦੇਖ ਲਓ, ਅਤੇ ਜੇ ਤੁਹਾਡੇ ਕੋਲ 10 ਕਿਲੋ ਦਾਲ ਹੋਵੇ ਜਾਂ ਜ਼ਿਆਦਾ ਹੋਵੇ ਉਹ ਵੀ ਤੁਸੀਂ ਸਿਰਫ ਇਸੇ ਤਰੀਕੇ ਨਾਲ ਲਾਉਣਾ ਕਿ ਦਾਲ ਸਿਰਫ ਦਾਲ ਤੱਕ ਪਾਣੀ ਆਵੇ, ਬਹੁਤ ਜ਼ਿਆਦਾ ਉੱਪਰ ਤੱਕ ਪਾਣੀ ਨਾ ਜਾਵੇ। ਅਤੇ ਇਹਨੂੰ ਦਮ ਵਾਲੇ ਫਲੇਮ 'ਤੇ ਆਪਾਂ ਇਸ ਪਾਣੀ ਨੂੰ ਖੁਸ਼ ਕਰਾਂਗੇ ਤਾਂ ਕਿ ਦਾਲ ਵੀ ਆਪਣੀ ਅੱਛੀ ਜਿਹੀ ਗਲ ਜਾਵੇ, ਅਤੇ ਜਿਹੜੀ ਦਾਲ ਕੱਚੀ ਵੀ ਨਾ ਰਹੇ ਅਤੇ ਗਲ ਵੀ ਜਾਵੇ ਅੱਛੇ ਤਰੀਕੇ ਨਾਲ। ਅਤੇ ਇਹ ਹੁਣ ਮੈਂ ਇਹਦੇ ਉੱਪਰ ਸਬਜ਼ ਮਿਰਚਾਂ ਕੱਟ ਕੇ ਸ਼ਾਮਿਲ ਕਰ ਦਿੱਤੀਆਂ ਵਾਂ, ਥੋੜ੍ਹੀ ਜਿਹੀ ਕਸੂਰੀ ਮੇਥੀ ਸ਼ਾਮਿਲ ਕਰ ਦਿੱਤੀ ਆ। ਹੁਣ ਦਿਖਾਉਂਦੇ ਹਾਂ ਤੁਹਾਨੂੰ ਇਹਦੀ ਫਾਈਨਲ ਲੁੱਕ। ਆ ਦੇਖੋ ਮਾਸ਼ਾਅੱਲਾ ਮਾਸ਼ਾਅੱਲਾ, ਜ਼ਬਰਦਸਤ ਜੀ ਜ਼ਬਰਦਸਤ ਜੀ ਖੁਸ਼ਬੂ ਵਾਲੀ ਦਾਲ ਜਿਹੜੀ ਮੂੰਗ ਦੀ ਆਪਣੀ ਤਿਆਰ ਹੋ ਗਈ ਆ। ਮੂੰਗ ਦੀ ਦਾਲ ਬਹੁਤ ਹੀ ਜ਼ਬਰਦਸਤ ਲੱਗਦੀ ਹੈ, ਵੈਸੇ ਵੀ ਖਾਣ ਵਾਸਤੇ ਇਹ ਹਲਕੀ ਹੁੰਦੀ ਆ। ਜਦੋਂ ਕੋਈ ਬਿਮਾਰ ਹੁੰਦਾ ਵਾ ਨਾ ਤਾਂ ਉਹਨੂੰ ਬਿਲਕੁਲ ਪਤਲੀ ਮੂੰਗੀ ਦੀ ਦਾਲ ਜੇ ਦਿੱਤੀ ਜਾਵੇ ਤਾਂ ਉਹ ਵੀ ਜਿਹੜੀ ਹੈ ਨਾ ਚਿਕਨ ਮਟਨ ਦੇ ਸੂਪ ਜਿੰਨੀ ਤਾਕਤ ਦਿੰਦੀ ਆ, ਅਤੇ ਪੇਟ ਨੂੰ ਵੀ ਨਰਮ ਰੱਖਦੀ ਆ। ਮੂੰਗੀ ਦੀ ਦਾਲ ਦੇ ਬਹੁਤ ਜ਼ਿਆਦਾ ਫਾਇਦੇ ਆ। ਅਤੇ ਇਹ ਦੇਖੋ ਮਾਸ਼ਾਅੱਲਾ ਜ਼ਬਰਦਸਤ ਜੀ ਫਾਈਨਲ ਲੁੱਕ, ਮੂੰਗੀ ਦੀ ਦਾਲ ਆਪਣੀ ਤਿਆਰ ਹੋ ਗਈ ਆ। ਵੀਡੀਓ ਅੱਛੀ ਲੱਗੇ ਤਾਂ ਇਹਨੂੰ ਲਾਈਕ ਵੀ ਕਰਿਆ ਜੇ, ਸ਼ੇਅਰ ਵੀ ਕਰਿਆ ਜੇ ਆਪਣੇ ਫੈਮਿਲੀ ਅਤੇ ਫਰੈਂਡਸ ਦੇ ਵਿੱਚ। ਮਿਲਦੇ ਹਾਂ ਕਿਸੇ ਨੈਕਸਟ ਵੀਡੀਓ 'ਚ, ਉਦੋਂ ਤੱਕ ਲਈ ਅੱਲਾ ਹਾਫਿਜ਼।